ਕੀਤੀ। ਸਹਾਬਾ ਦੇ ਜਿੰਨੇ ਵੀ ਅਹਲੇ ਬੈਤ ਤਹਾਰ ਦੇ ਕੋਈ ਵੀ ਗੁਸਤਾਖੀ ਕਰਦਾ ਹੈ ਅਸੀਂ ਬੋਲਨੇ ਆ, ਆਵਾਜ਼ ਬੁਲੰਦ ਕਰਨੇ ਆ, ਲੇਕਿਨ ਲੋਕੀ ਉਤੋਂ ਇੱਕ ਸਵਾਲ ਕਰਦੇ ਨੇ ਜੀ ਜਲਾਲੀ ਸਾਹਿਬ ਨੇ ਗੱਲ ਕੀਤੀ ਤੁਸੀਂ ਕਿਉਂ ਨਾ ਬੋਲੇ। ਵੀ ਜਲਾਲੀ ਸਾਹਿਬ ਦਾ ਬਿਆਨ ਤਰੋੜ ਮਰੋੜ ਕੇ ਬਿਆਨ ਕੀਤਾ, ਜਦੋਂ ਪੂਰਾ ਸੁਣੀਏ ਤੇ ਫਿਰ ਸਮਝ ਆਉਂਦੀ ਹੈ ਕਿ ਉਹਨਾਂ ਕੀ ਆਖਿਆ। ਸਮਝ ਆਈ ਜੇ ਜ਼ਰਾ? ਜਦੋਂ ਪੂਰਾ ਬਿਆਨ ਸੁਣੀਏ ਕਿਸੇ ਦਾ ਫਿਰ ਸਮਝ ਆਉਂਦੀ ਹੈ ਕਿ ਉਹਨਾਂ ਬਿਆਨ ਕੀ ਕੀਤਾ ਔਰ ਕੀ ਕਹਿਣਾ ਚਾਹ ਰਹੇ ਨੇ। ਯਾਦ ਰੱਖੋ ਜਲਾਲੀ ਸਾਹਿਬ ਦੀ ਕਦਰ ਕਰੋ। ਰਿਸ਼ਤੇਦਾਰੀ 'ਚ ਮੇਰੇ ਕੁਝ ਨਹੀਂ ਲੱਗਦੇ, ਲੇਕਿਨ ਕੰਜ਼ੁਲ ਉਲਮਾ ਸੁਨੀਅਤ ਵਾਸਤੇ ਫਖਰ ਦੀ ਬਾਤ ਹੈ ਕਿ ਆਪ ਜੈਸਾ ਆਲਮੇ ਦੀਨ ਅੱਲਾ ਨੇ ਸੁਨੀਆਂ ਨੂੰ ਅਤਾ ਫਰਮਾਇਆ। ਜਿਸ ਮਰਜ਼ੀ ਪਲੇਟਫਾਰਮ 'ਤੇ ਆ ਕੇ ਬਾਤ ਕਰਵਾਓ, ਅਲਹਮਦੁਲਿਲਾ ਉੱਥੇ ਆ ਕੇ ਜਣਾ ਗੱਜ ਕੇ ਬੋਲਦਾ, ਲੇਕਿਨ ਜਦੋਂ ਬੰਦੇ ਮਰ ਜਾਣ ਅਸੀਂ ਮਗਰੋਂ ਜਾ ਕੇ ਫੁੱਲ ਚਾੜਨੇ ਆ। ਜ਼ਿੰਦਾ ਹੋਣ 'ਤੇ ਸਾਨੂੰ ਬੰਦੇ ਦੀ ਕਦਰ ਕੋਈ ਨਹੀਂ ਹੁੰਦੀ। ਹਜ਼ਰਾਤ, ਇਸ ਵਾਸਤੇ ਅਗਰ ਜਲਾਲੀ ਸਾਹਿਬ ਵੀ ਗਲਤ ਕਹਿਣਗੇ, ਮੇਰਾ ਬਾਪ ਵੀ ਗਲਤ ਕਹੇਗਾ, ਤੇ ਮੇਰਾ ਬਾਪ ਮੇਰਾ ਕੁਝ ਨਹੀਂ ਲੱਗਦਾ। ਮੇਰੇ ਵਾਸਤੇ ਅਹਲੇ ਬੈਤ ਨੇ ਔਰ ਅਹਲੇ ਬੈਤ ਦੇ ਕਦਮਾਂ ਤੋਂ ਮੇਰੇ ਮਾਪੇ ਵੀ ਕੁਰਬਾਨ ਨੇ। ਅਸਾਂ ਸ਼ਖਸੀਅਤ ਪ੍ਰਸਤੀ 'ਚ ਜਾਣਾ ਹੀ ਕੋਈ ਨਹੀਂ। ਫਲਾਂ ਮੌਲਵੀ ਆ ਜਾਂਦਾ, ਖਾਏ ਖਸਮਾਂ ਦਾ ਸਿਰ। ਸਾਨੂੰ ਮੌਲਵੀ ਨਹੀਂ ਚਾਹੀਦੇ, ਸਾਨੂੰ ਅਹਲੇ ਬੈਤ ਦਾ ਘਰਾਣਾ ਚਾਹੀਦਾ। ਸਾਨੂੰ ਕੋਈ ਮੌਲਵੀ ਨਹੀਂ ਚਾਹੀਦਾ, ਜਿਹੜਾ ਮਰਜ਼ੀ ਹੋਵੇ, ਲੇਕਿਨ ਤਾਸੁਬ ਦੀ ਐਨਕ ਉਤਾਰ ਕੇ ਬੰਦਾ ਵੇਖੇ ਔਰ ਅੱਛੀ ਤਰ੍ਹਾਂ ਦਿਲੋਂ ਬਹਿ ਕੇ ਕਿਸੇ ਨੂੰ ਸੁਣੇ, ਫਿਰ ਸਮਝ ਆਉਂਦੀ ਹੈ ਕਿ ਯਾਰ ਕੀ ਆਉਂਦਾ। ਲੇਕਿਨ ਅੱਜ ਰੌਲਾ ਹੀ ਕੋਈ ਨਹੀਂ, ਨਾ ਕੁਰਾਨ ਦਾ ਹਵਾਲਾ, ਨਾ ਹਦੀਸ ਦਾ ਹਵਾਲਾ। ਬਹਿ ਕੇ ਰੌਲਾ ਪਾਈ ਜਾਣਾ, ਆਵਾਮ ਗਲਮੋ ਗਲਮੀ ਹੋਈ ਹੈ, ਲੋਕੀ ਗਲੀਆਂ 'ਚ ਬਹਿ ਕੇ ਲੜੀ ਜਾ ਰਹੇ, ਲੜਾਈ ਕਰੀ ਜਾ ਰਹੇ, ਸਮਝ ਆਉਣ ਹੀ ਨਹੀਂ ਦਿੱਤੀ। ਪਿਆਰੇ ਦੋਸਤੋ, ਕੋਈ ਅਹਲੇ ਬੈਤ ਦਾ ਨਹੀਂ ਤੇ ਸਾਡਾ ਨਹੀਂ। ਜਿਹੜਾ ਅਹਲੇ ਬੈਤ ਤਹਾਰ ਦਾ ਗੁਸਤਾਖ ਹੈ ਉਹ ਕਾਫਰ ਬੇਈਮਾਨ ਹੈ, ਜਿਹੜਾ ਸਹਾਬਾ ਨੂੰ ਨਹੀਂ ਮੰਨਦਾ ਉਹ ਵੀ ਬੇਈਮਾਨ ਹੈ। ਕਿਸੇ ਤੋਂ ਉਂਗਲੀ ਉਠਾਉਣ ਦੀ ਲੋੜ ਨਹੀਂ। ਯਾਦ ਰੱਖੋ, ਕਿਸੇ ਨੂੰ ਗਾਲੀ ਗਲੋਚ ਕਰਨ ਦੀ ਲੋੜ ਨਹੀਂ। ਅੱਜ ਤੇ ਬੰਦਾ ਵਜ਼ੀਰ ਆਜ਼ਮ ਨੂੰ ਗਾਲੀ ਦੇ ਦੇ ਤੇ ਪਰਚਾ ਹੋ ਜਾਂਦਾ, ਤੇ ਜਿਹੜਾ ਜ਼ਾਲਿਮ ਨਬੀ ਦੇ ਯਾਰਾਂ ਨੂੰ ਗਾਲੀ ਦੇਵੇ, ਜਿਹੜਾ ਹਜ਼ੂਰ ਦੀ ਅਹਲੇ ਬੈਤ ਤਹਾਰ ਦੀ ਸ਼ਾਨ 'ਚ ਪੌਂਕੇ, ਫਰਮਾਇਆ ਕਿ ਜਿਹੜਾ ਸਹਾਬਾ ਨੂੰ ਪੌਂਕਦਾ ਜਹਨਮੇ ਜਹਨਮ ਦੇ ਕੁੱਤਿਆਂ 'ਚੋਂ ਇੱਕ ਕੁੱਤਾ। ਤੋ ਅਜ਼ੀਜ਼ੋ, ਇਹ ਮੈਸੇਜ ਸੁਣ ਲਓ ਅੱਜ। ਸੱਚਾ ਤੇ ਸੁੱਚਾ ਹੋਵੇ ਜਿਹੜਾ ਹਜ਼ੂਰ ਦੀ ਹਰ ਨਿਸਬਤ ਦਾ ਲਿਹਾਜ਼ ਕਰਦਾ ਹੈ, ਜਿਹੜਾ ਹਜ਼ੂਰ ਦੀ ਹਰ ਨਿਸਬਤ ਨੂੰ ਸਲਾਮ ਕਰਦਾ, ਸੱਚਾ ਹੋਵੇ। ਕੌਣ ਸੈਯਦਨਾ ਸਿਦੀਕ ਅਕਬਰ? ਮੈਂ ਔਰ ਮੇਰੇ ਜੈਸੇ ਜਿਤਨੇ ਮੌਲਵੀ ਨੇ ਇਹਨਾਂ ਦੀਨ ਨੂੰ ਕੀ ਦਿੱਤਾ? ਜਿਤਨੇ ਵੀ ਮੌਲਵੀ ਨੇ, ਜ਼ਾਕਰ ਨੇ, ਕਿਸੇ ਵੀ ਮਸਲਕ ਨਾਲ ਤਲਕ ਰੱਖਦੇ ਨੇ, ਉਹਨਾਂ ਨੇ ਦਿੱਤਾ ਕੀ ਹੈ ਦੀਨ ਨੂੰ? ਅਗਰ ਮਿਲਾਦ ਪੜ੍ਹਨਾ ਤੇ ਪਹਿਲੇ ਅਕਾਊਂਟ 'ਚ ਪੈਸੇ ਜਮ੍ਹਾਂ ਕਰ।